ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਆਰਟਿਸਟ ਗਿੱਲ ਤੇ ਅੱਜ ਬਣਾਉਣ ਲੱਗੇ ਆ ਫਲਾਵਰ ਟੈਟੂ ਮੈਡਮ ਸਾਡੇ ਤੋਂ ਪਹੁੰਚੇ ਨੇ ਦੂਰੀ ਬਾਅਦ USA ਤੋਂ ਤੇ ਮੈਡਮ ਲਾਸਟ ਈਅਰ ਸਾਡੇ ਤੋਂ ਆਏ ਸੀ ਉਦੋਂ ਇਹਨਾਂ ਨੇ ਬਣਾਇਆ ਸੀ ਆਪਣੇ ਬ੍ਰਦਰ ਦਾ ਪੋਰਟਰੇਟ ਉਹਨਾਂ ਦੀ ਯਾਦ ਦੇ ਵਿੱਚ ਤਾਂ ਦੂਰੀ ਬਾਅਦ ਫਿਰ ਸਪੈਸ਼ਲ ਇੰਡੀਆ ਆਏ ਨੇ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੁੰਦੀ ਹੈ ਵੀ ਇੰਨੀ ਦੂਰੋਂ ਲੋਕ ਤਾਂ ਸਿਰਫ ਇੱਕ ਟੈਟੂ ਦੀ ਖਾਤਰ ਸਾਡੇ ਤੋਂ ਲਾਉਂਦੇ ਆ ਜਵਾਬ ਦਿੱਤਾ ਤੇ ਉਹ ਪੁੱਛਣ ਦੇ ਜਵਾਬ ਕਿਉਂ ਦਿੱਤਾ ਉਹ ਮੈਡਮ ਨੂੰ ਪੁੱਛ ਰਿਹਾ ਜਦੋਂ ਮੈਂ ਗਈ ਸੀ ਉਹ ਕਹਿੰਦੇ ਕਿ ਮੈਂ ਨਾ ਇਸ ਆਰਟਿਸਟ ਦਾ ਕੰਮ ਨੂੰ ਹੱਥ ਨਹੀਂ ਲਾ ਸਕਦਾ ਬਿਕਾਜ਼ ਇਟਸ ਸੋ ਅਮੇਜ਼ਿੰਗ ਹੀ ਇਸ ਸੋ ਟੈਲੈਂਟਿਡ ਆਈਵ ਨੈਵਰ ਸੀਨ ਐਨੀਥਿੰਗ ਲਾਈਕ ਦਿਸ ਇਟਸ ਸੋ ਰੀਅਲਿਸਟਿਕ ਲੁਕਿੰਗ ਸੋ ਹੀ ਸੈਡ ਗੋ ਬੈਕ ਟੂ ਹਿਮ ਬਿਕਾਜ਼ ਹੀ ਡਿਡ ਸੱਚ ਐਨ ਅਮੇਜ਼ਿੰਗ ਜੌਬ ਥੈਂਕ ਯੂ ਸੋ ਮਚ ਮੈਨੂੰ ਵੈਸੇ ਆਪਣੇ ਇੰਡੀਆ 'ਚ ਕੋਈ ਹੋਰ ਆਰਟਿਸਟ ਹੋਵੇ ਤਾਂ ਮੈਂ ਵੀ ਤਾਂ ਇਹ ਤੂੰ ਵਧੀਆ ਬਣਾ ਲੈ ਰਹੀ ਐਵੇਂ ਤਾਂ ਉਹਨਾਂ ਦੇ ਪਰ ਸੱਚੀ ਉਹਨਾਂ ਦੀ ਰਿਸਪੈਕਟ ਆ ਗੋਰੇ ਆ ਦੋਨੋਂ ਬਹੁਤ ਓਨੈਸਟ ਹੁੰਦੇ ਆ ਵੀ ਕੋਈ ਵੀ ਕੰਮ ਆ ਉਹ ਵੀ ਓਨੈਸਟੀ ਕਹਿੰਦੇ ਆ ਵੀ ਹਾਂ ਜੇ ਵਧੀਆ ਲੱਗਿਆ ਤਾਂ ਵਧੀਆ ਕਹਿੰਦੇ ਆ ਮੇਰੀ ਵੀ ਸੇਮ ਥਿੰਕਿੰਗ ਦਾ ਜੇ ਕਿਸੇ ਦਾ ਤਾਂ ਕੋਈ ਵੀ ਮੇਰੇ ਤੋਂ ਲੋਕ ਟੈਟੂ ਬਣਵਾ ਤੇ ਲੈ ਕੇ ਆਉਂਦੇ ਆ ਕਈ ਵਾਰ ਟੈਟੂ ਵਧੀਆ ਬਣੇ ਹੁੰਦੇ ਆ ਤਾਂ ਮੈਂ ਥੋੜ੍ਹ ਤੇ ਕਹਿੰਦਾ ਵੀ ਹਾਂ ਬਾਈ ਬਹੁਤ ਸੋਹਣਾ ਟੈਟੂ ਬਣਿਆ ਤੇਰਾ ਅਤੇ ਬੇਸ਼ੱਕ ਤੂੰ ਉਹੀ ਆਰਟਿਸਟ ਤੋਂ ਦੁਬਾਰਾ ਤੋਂ ਬਣਵਾ ਸਕਦਾ ਵਾਂ ਪਰ ਕਈ ਵਾਰ ਨਹੀਂ ਵੀ ਹੁੰਦੇ ਤਾਂ ਮੈਂ ਹਮੇਸ਼ਾ ਓਨੈਸਟ ਰਿਵਿਊ ਦਿੰਦਾ ਹੁੰਦਾ ਆਪਦੇ ਹਰੇਕ ਚੀਜ਼ ਨੂੰ ਲੈ ਕੇ ਪਰ ਗੋਰਿਆਂ ਦੀ ਵੀ ਆਹ ਚੀਜ਼ ਦੀ ਖਾਸੀਅਤ ਆ ਕਿ ਉਹ ਹਮੇਸ਼ਾ ਓਨੈਸਟ ਰਿਵਿਊ ਦਿੰਦੇ ਮੈਡਮ ਨੂੰ ਪੁੱਛਦੇ ਆ ਪੇਨ ਕਿਵੇਂ ਹੋ ਰਹੀ ਆ ਪਹਿਲਾਂ ਥੋੜੀ ਥੋੜੀ ਹੋ ਰਹੀ ਸੀ ਹੁਣ ਨਹੀਂ ਹੋ ਰਹੀ ਬਿਲਕੁਲ ਥੋੜੀ ਹੋ ਰਹੀ ਸੀ ਬਲ ਥੋੜੀ ਥੋੜੀ ਹੋ ਰਹੀ ਮੈਡਮ ਨੇ ਆਉਂਦੇ ਸਾਂ ਇੱਥੇ ਜੀ ਮੈਡਮ ਨੇ ਆਉਂਦੇ ਸਾਂ ਇੱਥੇ ਚੀਤਾ ਦੀ ਨੇਰੀ ਲਿਆ ਸੀ ਮੈਡਮ ਨੇ ਲਾਸਟ ਟਾਈਮ ਵੀ ਟੈਟੂ ਕੀਤਾ ਸੀਗਾ ਸਟੈਨ ਲਾਲ ਲਾਲ ਹੋ ਜਾਂਦੇ ਮੈਡਮ ਦੀ ਫੇਰ ਸਟੈਨ ਜ਼ਿਆਦਾ ਵਾ ਉਹ ਜਦੋਂ ਆਪਾਂ ਲਾਇਆ ਡਰੀਵੋਸ ਬਲਤਦੇ ਆ ਉਹ ਥੱਲਿਓਂ ਬਲੱਡ ਚੱਕ ਲੈਂਦੀ ਆ ਤੇ ਉਦੋਂ ਮੈਨੂੰ ਲੱਗਦਾ ਵੀ ਟੈਟੂ ਇੰਨਾ ਡਾਰਕ ਹੋ ਰਿਹਾ ਲਾਲ ਲਾਲ ਹੋ ਰਿਹਾ ਜਦੋਂ ਹੀਲ ਹੋਇਆ ਟੈਟੂ ਤੁਹਾਡੇ ਸਾਹਮਣੇ ਆ ਐ ਪੂਰਾ ਭੈਂਟ ਨਿਕਲਿਆ ਹਾਲਾਂਕਿ ਜਦੋਂ ਮੈਂ ਉਹ ਟੈਟੂ ਬਣਾਇਆ ਸੀ ਮੈਨੂੰ ਸਾਰਾ ਟੈਟੂ ਡਾਰਕ ਡਾਰਕ ਹੋ ਰਿਹਾ ਪਤਾ ਨਹੀਂ ਇਹਦਾ ਹੀਲ ਰਿਜ਼ਲਟ ਕਿੱਦਾਂ ਦਾ ਹੋਊ ਪਰ ਜਦੋਂ ਉਹ ਟੈਟੂ ਦੇਖ ਰਿਹਾ ਹੁਣ ਐ ਖੁਸ਼ੀ ਹੁੰਦੀ ਹੈ ਕਿ ਹਾਂ ਫਾਈਨਲੀ ਟੈਟੂ ਹੋ ਰਿਹਾ ਸਾਡਾ ਡਨ ਤੇ ਆ ਜਾਓ ਸਾਨੂੰ ਦਿਖਾਈਏ ਟੈਟੂ ਦੀ ਫਾਈਨਲ ਚਲ
ਆ ਜੋ ਟੈਟੂ ਦੇਖ ਰਹੇ ਹੋ ਤੁਸੀਂ ਆ ਪੱਲਾਂ ਦਾ ਬਣਿਆ ਹੋਇਆ ਤੇ ਜੋ ਰੈਡਨੈਸ ਚ ਦੇਖ ਰਹੇ ਹੋ ਆ ਫਰੈਸ਼ ਬਣਿਆ ਟੈਟੂ ਤੇ ਬਹੁਤ ਸੋਹਣਾ ਟੈਟੂ ਬਣਿਆ ਤੇ ਬਾਕੀ ਮੈਡਮ ਨੂੰ ਪੁੱਛਦੇ ਆ ਤੁਹਾਨੂੰ ਟੈਟੂ ਕਿਵੇਂ ਮਿਲ ਗਿਆ ਬਹੁਤ ਸੋਹਣਾ ਬਣਿਆ ਡੈਫਨਿਟਲੀ ਵਰਥ ਦ ਵੇਟ ਥੈਂਕ ਯੂ ਸੋ ਮਚ ਇਦਾਂ ਦੇ ਭੈਣੇ ਭੈਣੇ ਟੈਟੂ ਦੇਖਣ ਵਾਸਤੇ ਸਾਡਾ ਯੂਟਿਊਬ ਚੈਨਲ ਦਾ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਆਪਣਾ ਨਾ ਭੁੱਲਿਓ ਹਰੇਕ ਹਫ਼ਤੇ ਤੁਹਾਡੇ ਲਈ ਨਵਾਂ ਤੇ ਭੈਣੇ ਟੈਟੂ ਲੈ ਕੇ ਅਸੀਂ ਹਾਜ਼ਰ ਹੁੰਦੇ ਹਾਂ ਥੈਂਕ ਯੂ ਸੋ ਮਚ ਜੀ